ਅਸਲਾਮੂ ਅਲੈਕੁਮ ਦੋਸਤੋ ਜਿਵੇਂ ਕਿ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਪਿਛਲੇ ਕੋਈ ਚੰਦ ਦਿਨਾਂ ਤੋਂ ਆਪਾਂ ਦੋਸਤਾਂ ਨੂੰ ਇੱਕ ਤੋਂ ਵੱਧ ਕੇ ਇੱਕ ਅੱਛੀਆਂ ਜ਼ਮੀਨਾਂ ਦਿਖਾ ਰਹੇ ਆ ਤੇ ਅੱਜ ਵਾਲੀ ਵੀ ਇਹ ਜ਼ਰਾਈ ਜ਼ਮੀਨ ਆਪਣੀ ਮਿਸਾਲ ਆਪੇ ਤੁਸੀਂ ਆਪਣੀ ਮੂਵੀ ਦੇਖਣੀ ਐਂਡ ਤੱਕ ਤੇ ਇਨਸ਼ਾਅੱਲਾ ਇਹ ਗੱਲ ਆਪਣੀ ਸ਼ੋਰਟੀ ਨਾਲ ਏ ਇਹ ਗੱਲ ਆਪਣੀ ਦਾਵੇ ਨਾਲ ਏ ਕਿ ਤੁਹਾਨੂੰ ਅੱਜ ਵਾਲੀ ਆਪਣੀ ਇਹ ਜ਼ਰਾਈ ਜ਼ਮੀਨ ਇੰਤਖਾਈ ਨਿਖਾਇਤ ਪਸੰਦ ਆਵੇਗੀ ਤੁਸੀਂ ਖੁਦ ਮੇਰੇ WhatsApp ਤੇ ਵਾਇਸ ਮੈਸੇਜ ਕਰੋਗੇ ਚੈਟ ਕਰੋਗੇ ਕਮੈਂਟ ਕਰੋਗੇ ਕਿ ਭਾਈ ਅਬਦੁਲਵਾਹਿਦ ਅਜਵਾਲੀ ਜ਼ਮੀਨ ਇੰਤਖਾਈ ਸਸਤੀ ਸੀ ਲੋਕੇਸ਼ਨ ਖਾਸ ਹੈਗੀ ਸੀ ਤੇ ਬਿਹਤਰੀਨ ਮੌਕਾ ਹੈਗਾ ਸੀ ਦੋਸਤੋ ਇਹਦੇ ਵਿੱਚ ਆਪਾਂ ਨੂੰ ਨਿਖਾਇਤ ਖੂਬਸੂਰਤ VIP ਮਾਹੌਲ ਵਾਲੀ ਇੱਥੇ ਰਿਹਾਇਸ਼ ਮਿਲੇਗੀ ਇਹ ਚੈੱਕ ਕਰ ਲੋ ਇਹ ਖੂਬਸੂਰਤ ਘਰ ਬਹੁਤ ਪਿਆਰਾ ਵੀਆਈਪੀ ਇਹ ਆਪਣੀ ਜ਼ਮੀਨ ਦੇ ਅੰਦਰ ਹੈਗਾ ਜੀ ਯਾਨੀ ਕਿ ਮਾਸ਼ਾਅੱਲਾ ਬਹੁਤ ਹੀ ਇਥੇ ਪਿਆਰੀ ਵੀਆਈਪੀ ਇਥੇ ਮਾਲਕ ਨੇ ਆਪਣੇ ਲਈ ਰਿਹائش ਬਣਾਈ ਹੋਈ ਹੈ ਇਹ ਤਮਾਮ ਆਪਣੀ ਜ਼ਮੀਨ ਹੈ ਦੋਸਤੋ ਆਪਾਂ ਇਸ ਟਾਈਮ ਅੰਦਰ ਖੜੇ ਆ ਆਪਾਂ ਬਾਹਰ ਨਿਕਲ ਕੇ ਦੋਸਤੋ ਨੂੰ ਮੁਕੰਮਲ ਜਿਹੜੀ ਜ਼ਮੀਨ ਹੈਗੀ ਉਹ ਵੀ ਦਿਖਾਵਾਂਗੇ ਇਹ ਜਿਹੜੀ ਰਿਹائش ਇਥੇ ਮਾਲਕਾਂ ਨੇ اپنی ਰਹਿਸ਼ ਰੱਖੀ ਹੋਈ ਹੈ ਤੇ ਨਾਲ ਨਾਲ ਮੇਰੇ ਦੋਸਤਾਂ ਨੂੰ ਸ਼ੁਰੂ ਤੋਂ ਇੱਕ ਗੱਲ ਕਰ ਦੇਵਾਂ ਕਿਸੇ ਵੀ ਚੀਜ਼ ਦੇ ਅਲੱਗ ਪੈਸੇ ਨਹੀਂ ਹੋਣਗੇ ਸਿਰਫ ਦੋਸਤਾਂ ਨੇ ਜਿਹੜੀ ਜ਼ਮੀਨ ਹੈਗੀ ਏ ਉਹਦੇ ਪੈਸੇ ਦੇਣੇ ਨੇ ਕਿਸੇ ਵੀ ਮਲਬੇ ਦੇ ਕਿਸੇ ਵੀ ਟੂਬਲ ਦੇ ਕਿਸੇ ਵੀ ਚੀਜ਼ ਦੇ ਪੈਸੇ ਅਲੱਗ ਨਹੀਂ ਹੋਣਗੇ ਦੋਸਤੋ ਅੱਜ ਵਾਲੀ ਇਹ ਵੀਡੀਓ ਆਪਣੀ ਬੜੀ ਖਾਸ ਹੈ ਜੀ ਜਿਹੜੇ ਮੇਰੇ ਦੋਸਤ ਕਹਿੰਦੇ ਪਸੰਦ ਨਾ ਕਿ ਸਾਨੂੰ ਕਾਫੀ ਅਰਸਾ ਹੋ ਗਿਆ ਸਾਨੂੰ ਅੱਛੀ ਜ਼ਮੀਨ ਨਹੀਂ ਮਿਲਦੀ ਪਈ ਉਨਾਂ ਵਾਸਤੇ ਬਿਹਤਰੀਨ ਤੋਹਫਾ ਹੈ ਦੋਸਤੋ ਹੁਣ ਆਪਾਂ ਖੜੇ ਆ ਜਿਹੜੀ ਸੇੜ ਤੇ ਡੈਰੀ ਫਾਰਮ ਹੈ ਯਾਨੀ ਕਿ ਇੱਥੇ ਯਾਨੀ ਕਿ ਮਾਲਕਾਨ ਦੀ ਰਿਹائش ਦੇ ਨਾਲ ਉਹਨਾਂ ਨੇ ਇੱਕ ਡੈਰੀ ਫਾਰਮ ਬਣਾਇਆ ਹੋਇਆ ਹੈ ਤੇ ਮੁxtਲਫ ਕਿਸਮ ਦੇ ਪ੍ਰਿੰਦਿਆਂ ਵਾਸਤੇ ਅਲੱਗ-ਅਲੱਗ ਕਮਰੇ ਬਣਾਏ ਹੋਏ ਨੇ ਮੁਰਗੀਆਂ ਵਾਸਤੇ ਅਲੱਗ ਕਮਰੇ ਬਣਾਏ ਹੋਏ ਨੇ ਅਲੱਗ-ਅਲੱਗ ਬੱਕਰੀ ਫਾਰਮ ਬਣਾਇਆ ਹੋਇਆ ਹੈ ਡੈਰੀ ਫਾਰਮ ਬਣਾਇਆ ਹੋਇਆ ਹੈ ਯਾਨੀ ਕਿ ਇਹ ਬਹੁਤ ਵੱਡਾ ਜਿਹੜਾ ਕਿ ਇੱਥੇ ਇਹਨਾਂ ਨੇ ਆਪਣੇ ਲਈ ਇੰਤਜ਼ਾਮ ਕੀਤਾ ਹੈ ਜਿੰਦੇ ਵਿੱਚ ਇੱਕ ਸਾਈਡ ਤੇ ਆਪਣੀ ਰਿਹਾਇਸ਼ ਰੱਖੀ ਹੋਈ ਹੈ ਤੇ ਦੂਸਰੀ ਸਾਈਡ ਤੇ ਜਾਨਵਰਾਂ ਵਾਸਤੇ ਜਿਹੜਾ ਕਿ ਅਲੱਗ ਇੰਤਜ਼ਾਮ ਕੀਤਾ ਹੋਇਆ ਹੈ ਇਹ ਵੇਖੋ ਇਹ ਦੇਰੀ ਫਾਰਮ ਮੇ ਇੱਥੇ ਮੁਰਗੀਆਂ ਨੇ ਮختلف ਕਿਸਮ ਦੇ ਪੰਛੀ ਨੇ ਆਦਿ ਕੀ ਚੀਜ਼ ਵਾਸਤੇ ਅਲੱਗ ਅਲੱਗ ਇੱਥੇ ਕਮਰੇ ਬਣੇ ਹੋਏ ਨੇ ਹਾਰੇ ਕਿ ਸ਼ੌਕ ਵਾਸਤੇ ਇਥੇ ਅਲੱਦਾ ਅਲੱਦਾ ਇੰਤਜ਼ਾਮ ਕੀਤਾ ਹੋਇਆ ਹੈ ਤੇ ਇੱਕ ਸਾਈਡ ਤੇ ਜਿਹੜਾ ਕਿ ਆਪਾਂ ਦੋਸਤਾਂ ਨੂੰ ਸ਼ੁਰੂ ਤੋਂ ਦਿਖਾ ਚੁੱਕੇ ਹਾਂ ਕਿ ਇੱਕ ਸਾਈਡ ਤੇ ਮਾਲਕਾਂ ਨੇ ਆਪਣੇ ਲਈ ਇਹ ਬਹੁਤ ਹੀ ਖੂਬਸੂਰਤ ਰਿਹਾਇਸ਼ ਦਾ ਇੰਤਜ਼ਾਮ ਕੀਤਾ ਹੋਇਆ ਹੈ ਦੋਸਤੋ ਇਹ तमाम ਚੀਜ਼ਾਂ ਆਪਣੀ ਇੱਕ ਮਰਬਾ ਜ਼ਮੀਨ ਦੇ ਅੰਦਰ ਨੇ ਯਾਨੀ ਕਿ ਆਪਣੇ ਕੋਲੇ ਇਹ ਇੱਕ ਮਰਬਾ ਇਜ਼ਰਾਇ ਜ਼ਮੀਨ ਨੇ ਯਾਨੀ ਕਿ 5 ਏਕੜ ਜ਼ਰਾਇ ਜ਼ਮੀਨ ਵੀ ਮੈਂ ਖੂਬਸੂਰਤ ਘਰ ਤੇ ਵੀ ਮੈਂ ਡੇਰੀ ਫਾਰਮ ਹੈ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਦੋਸਤਾਂ ਨੂੰ ਅੰਦਰ ਦੀ ਪਹਿਲੇ ਮੁਕੰਮਲ ਤਸੱਲੀ ਕਰਾਂ ਤੋਂ ਬਾਅਦ ਫਿਰ ਆਪਾਂ ਬਾਹਰ ਜਾ ਕੇ ਦੋਸਤਾਂ ਨੂੰ ਆਪਣੀ ਜ਼ਮੀਨ ਵਖਾਵਾਂਗੇ ਜਿਵੇਂ ਕਿ ਹੁਣ ਆਪਾਂ ਇਹ ਬਾਹਰ ਆ ਗਏ ਆਂ ਗੰਧਮ ਦੀ ਫਸਲ ਮੌਜੂਦ ਹੈਗੀ ਇੱਥੇ ਮੌਕੇ ਤੇ ਦੋ ਬੋਰ ਹੋਏ ਹੋਏ ਨੇ ਯਾਨੀ ਕਿ ਪਾਣੀ ਵਾਲੇ মিঠে পানি ਵਾਲੇ ਦੋ ਬੋਰ ਦੋਸਤਾਂ ਨੂੰ ਮੌਕੇ ਤੇ ਮਿਲਣਗੇ ਇਹ ਜ਼ਮੀਨ ਹੈ ਤੁਹਾਡੇ ਸਾਹਮਣੇ 5 ਏਕੜ ਜ਼ਮੀਨ ਵੀ ਮੈਂ ਘਰ ਵੀ ਮੈਂ ਡੇਰੀ ਫਾਰਮ ਇਹ ਦੋਸਤਾਂ ਦੇ ਸਾਹਮਣੇ ਤੇ ਨਾਲ-ਨਾਲ ਮੈਂ ਦੋਸਤਾਂ ਨੂੰ ਇੱਕ ਗੱਲ ਖਰ ਦਵਾ ਬੜੀ ਖਾਸ ਕਿ ਮੇਰਾ WhatsApp ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੋਸਤਾਂ ਨੂੰ ਸ਼ੁਰੂ ਤੋਂ ਸਾਹਮਣੇ ਸਕਰੀਨ ਤੇ ਹੀ ਮਿਲ ਗਿਆ ਹੋਣਾ ਤੇ ਇਸ ਤੋਂ ਇਲਾਵਾ ਹਾਜੀ ਔਰਫਾਨ ਅਬਾਸ ਸਾਹਿਬ ਦੇ ਕਾਲ ਐਂਡ ਵਟਸਐਪ ਨੰਬਰ ਹਰ ਮੂਵੀ ਦੀ ਸਾਹਮਣੇ ਸਕਰੀਨ ਤੇ ਲੱਗੇ ਹੁੰਦੇ ਨੇ ਦੋਸਤੋ ਹਰ ਮੂਵੀ ਦੀ ਸਾਹਮਣੇ ਸਕਰੀਨ ਤੇ ਹਾਜੀ ਔਰਫਾਨ ਅਬਾਸ ਸਾਹਿਬ ਦੇ ਦੋਵੇਂ ਨੰਬਰ ਤੁਹਾਡੀ ਸਹੂਲਤ ਵਾਸਤੇ ਲੱਗੇ ਹੁੰਦੇ ਨੇ ਤੇ ਹਰ ਮੂਵੀ ਦੇ ਸ਼ੁਰੂ ਤੋਂ ਮੇਰਾ ਵਟਸਐਪ ਨੰਬਰ ਲੱਗਿਆ ਹੁੰਦਾ ਹੈ ਤੇ ਹਰ ਮੂਵੀ ਦੀ ਡਿਸਕ੍ਰਿਪਸ਼ਨ ਵਿੱਚ ਮੇਰਾ ਵਟਸਐਪ ਨੰਬਰ ਲੱਗਿਆ ਹੁੰਦਾ ਹੈ ਦੋਸਤੋ ਇਹ ਤਮਾਮ ਗੱਲਾਂ ਮੈਂ ਤੋੜਨ ਨਾਲ ਇਸ ਵਾਸਤ ਕਰਦਾ ਪਿਆ ਹਕੀਕਤ ਤੁਹਾਡੇ ਸਾਹਮਣੇ ਆ ਜਾਵੇ ਇਹ ਪਾਣੀ ਵਾਲਾ ਬੋਰ ਇੱਥੇ ਦੋ ਪਾਣੀ ਵਾਲੇ ਬੋਰ ਹੋਏ ਨੇ ਆਪਾਂ ਉਸ ਟਾਈਮ ਇੱਥੇ ਆ ਗਏ ਆ ਜਿੱਥੇ ਦੋ ਪਾਣੀ ਵਾਲੇ ਬੋਰ ਹੋਏ ਨੇ ਤੇ ਪਾਣੀ ਵਾਲਾ ਖਾੜਾ ਬਣਿਆ ਆ ਵੇਖੋ ਇਹ ਕਰਦੇ ਨਾਲ ਬਿਲਕੁਲ ਇੱਥੇ ਪਾਣੀ ਵਾਲੇ ਬੋਰ ਹੋਏ ਨੇ ਤੇ ਪਾਣੀ ਵਾਲਾ ਖਾੜਾ ਬਣਿਆ ਇਹ ਆਪਾਂ ਦੋਸਤਾਂ ਨੂੰ ਤਸੱਲੀ ਕਰਾਉਂਦੇ ਪਏ ਆ ਸ਼ਰਧਾ ਮਿੱਠਾ ਪਾਣੀ ਆ ਵੇਖੋ ਇਹ ਤੁਹਾਡੇ ਸਾਹਮਣੇ ਇਹ ਬਿਜਲੀ ਦਾ ਇੰਤਜ਼ਾਮ ਤੁਹਾਡੇ ਸਾਹਮਣੇ ਤੇ ਛੱਤ ਤੇ ਦੋ ਟੈਂਕੀਆਂ ਇਹ ਪਾਣੀ ਵਾਲੀਆਂ ਤੁਹਾਡੇ ਸਾਹਮਣੇ ਇਹ ਤਮਾਮ ਨਿਜ਼ਾਮ ਦੋਸਤੋ ਇਸ ਵਾਸਤੇ ਆਪਣੀ ਵੀਡੀਓ ਥੋੜੀ ਲੰਮੀ ਹੁੰਦੀ ਹੈ ਕਿਉਂਕਿ ਅੱਲਾ ਦਾ ਸ਼ੁਕਰ ਹੈ ਆਪਾਂ ਦੋਸਤਾਂ ਨੂੰ ਹਰ ਇੱਕ ਚੀਜ਼ ਵਹਾਂ ਦੇ ਹੁੰਦੇ ਤਸੱਲੀ ਨਾਲ ਕਿ ਕੋਈ ਚੀਜ਼ ਐਸੀ ਨਹੀਂ ਜਿਹੜੀ ਆਪਾਂ ਦੋਸਤਾਂ ਨੂੰ ਨਾ ਵਿਖਾਈਏ ਆਪਾਂ ਦੋਸਤਾਂ ਨੂੰ ਤਸੱਲੀ ਕਰਾਉਂਦੇ ਹੁੰਨੇ ਆ ਇੱਕ ਨੰਬਰ ਕੰਮ ਤੇ ਇੱਕ ਨੰਬਰ ਵੀਡੀਓ ਤੇ ਦੋਸਤੋ ਅਕਸਰ ਤੁਸੀਂ YouTube ਤੇ ਵੀਡੀਓ ਦੇਖਦੇ ਹੋ ਤੇ ਸਾਹਮਣੇ ਸਕਰੀਨ ਤੇ ਨੰਬਰ ਨਹੀਂ ਲੱਗੇ ਹੁੰਦੇ ਯਾਨੀ ਕਿ ਜਿਹਨਾਂ ਦੋਸਤਾਂ ਨੇ ਆਪਣੀ ਵੀਡੀਓ ਚਲਾਨੀ ਹੋਵੇ ਨਾ ਆਪਣੀ ਵਿਊਜ਼ ਲੈਣੇ ਹੋਣ ਸਾਹਮਣੇ ਸਕਰੀਨ ਤੇ ਨੰਬਰ ਕੋਣੀ ਹੁੰਦੇ ਕਿਉਂਕਿ ਮੇਰਾ ਵੀ ਇੱਕ ਕੰਮ ਹੈ ਅਕਸਰ ਮੈਂ YouTube ਤੇ ਵੀਡੀਓ ਚੈੱਕ ਕਰਨਾ ਨਾ ਦੋਸਤਾਂ ਦੇ ਸਾਹਮਣੇ ਸਕਰੀਨ ਤੇ ਨੰਬਰ ਕੋਣੀ ਹੁੰਦੇ ਜ਼ਮੀਨ ਸਸਤੀ ਹੁੰਦੀ ਏ ਅਪਲੋਡ ਕੀਤੀ ਹੁੰਦੀ ਏ ਆ ਵੇਖੋ ਇੱਥੇ ਬਾਗ ਲੱਗਿਆ ਹੈ ਇਸੇ ਮੁxtਲਕ ਕਿਸਮ ਦੇ ਇਹ ਮਾਲਕ ਨੇ ਇੱਥੇ ਬਾਗ ਦੇ ਪੌਦੇ ਲਗਾਏ ਹੋਏ ਨੇ ਆਪਾਂ ਉਸ ਹਿੱਸੇ ਦੇ ਅੰਦਰ ਆ ਗਏ ਆ ਯਾਨੀ ਕਿ ਇਸ ਜਗ੍ਹਾ ਤੇ ਜਾਮਨ ਮਾਲਟਾ ਤੇ ਖਾਸ ਤੌਰ ਤੇ ਜ਼ੈਤੂਨ ਦੇ ਪੌਦੇ ਲੱਗੇ ਹੋਏ ਨੇ ਇਹ ਬਗਾਤ ਵਾਲਾ ਹਿੱਸਾ ਹੈਗਾ ਇਹ ਛੋਟਾ ਛੋਟਾ ਮਾਲਕ ਨੇ ਬਾਗ ਲਾਇਆ ਹੈ ਮਾਲਟਾ ਇਹ ਜ਼ੈਤੂਨ ਤੇ ਜਾਮਨ ਦਾ ਬਾਗ ਤੇ ਦੋਸਤੋ ਗੱਲ ਕਰਦੇ ਪਸਾਂ ਕਿ ਇੱਕ ਨੰਬਰ ਕੰਮ ਦੀ ਇਹ ਨਿਸ਼ਾਨੀ ਹੁੰਦੀ ਹੈ ਤੁਸੀਂ ਮੇਰੇ WhatsApp ਤੇ ਵਾਇਸ ਮੈਸੇਜ ਕਰੋਗੇ ਤੁਹਾਨੂੰ ਫੌਰਨ ਰਿਪਲਾਈ ਮਿਲੇਗੀ ਤੁਸੀਂ WhatsApp ਤੇ ਵਾਇਸ ਮੈਸੇਜ ਕਰਨਾ ਹੈ ਤੁਹਾਨੂੰ ਫੌਰਨ ਤੁਹਾਡੇ ਮੈਸੇਜ ਦੀ ਰਿਪਲਾਈ ਮਿਲੇਗੀ ਇਹ ਹੁੰਦਾ ਹੈ ਇੱਕ ਨੰਬਰ ਕੰਮ ਦਾ ਸਬੂਤ ਤੁਸੀਂ ਦੋਸਤੋ ਨੇ ਕਿਸੇ ਦੇ ਗਲਤ ਕਮੈਂਟ ਤੇ ਇਤਬਾਰ ਨਹੀਂ ਕਰਨਾ ਲੋਕਾਂ ਦੀ ਹੁੰਦੀ ਆਦਤ ਕਿ ਗਲਤ ਗਾਈਡ ਕਰਦੇ ਨੇ ਤੁਸੀਂ ਬੇਫਿਕਰ ਹੋ ਕੇ ਮੇਰੇ ਨੰਬਰ ਤੇ ਵਾਇਸ ਮੈਸੇਜ ਕਰੋ ਤੁਹਾਨੂੰ ਫੌਰਨ ਰਿਪਲਾਈ ਮਿਲੇਗੀ ਆਪਾਂ ਤੁਹਾਨੂੰ ਇਹੋ ਚੀਜ਼ ਮੌਕੇ ਤੇ ਵਖਾਵਾਂਗੇ ਆਪਾਂ ਜਿੰਨੀ ਵੀਡੀਓ ਲੰਮੀ ਦੋਸਰ ਵਖਾਦੇ ਪਏ ਨਾ ਆਪਾਂ ਦਿਖਾਦੇ ਪਏ ਇਸ ਵਾਸਤੇ ਕਿਉਂਕਿ ਜ਼ਮੀਨ ਦਾ ਹਰ ਇੱਕ ਹਿੱਸਾ ਤੁਹਾਡੇ ਸਾਹਮਣੇ ਆ ਜਾਵੇ ਤੁਸੀਂ ਇੱਥੋਂ ਆਪਣੀ ਕੋਈ ਨਿਸ਼ਾਨੀ ਲਗਾ ਲੈਣੀ ਹੈ ਅੱਛੀ ਤਰ੍ਹਾਂ ਤੁਸੀਂ ਵੀਡੀਓ ਆਪਣੀ ਸੇਵ ਕਰ ਲੈਣੀ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਇਹੋ ਚੀਜ਼ਾਂ ਮੌਕੇ ਤੇ ਮਿਲਣਗੀਆਂ ਡੇਰਾ ਵਖਾ ਚੁੱਕੇ ਆਂ ਇਸ ਜ਼ਮੀਨ ਇਹ ਫਸਲਾਂ ਦਖਾ ਰਹੇ ਆ ਤੁਹਾਨੂੰ ਇਹੋ ਚੀਜ਼ਾਂ ਮੌਕੇ ਦੀ ਮਿਲਣਗੀਆਂ ਤੇ ਆਸ-ਪਾਸ ਜ਼ਮੀਨ ਦੀ ਕੀਮਤ ਹੋਵੇਗੀ ਜ਼ਿਆਦਾ ਲੇਕਿਨ ਇਹ ਆਪਣੀ ਇਹ ਜ਼ਮੀਨ ਦੀ ਕੀਮਤ ਹੋਵੇਗੀ ਇੰਤਖਾਈ ਕਮ ਜਿਹੜੇ ਦੋਸਤ ਵੀ ਕਮੈਂਟ ਕਰਦੇ ਹੁੰਦੇ ਨਾ ਕਿ ਪਾਈਏ ਫੇਕ ਵੀਡੀਓ ਹੈ ਐਸਾ ਨਹੀਂ ਕਰਦੇ ਪਏ ਦੋਸਤੋ ਉਹ ਮੇਰੇ WhatsApp ਤੇ ਮੈਸੇਜ ਨਾ ਉਹਨਾਂ ਨੇ ਕਦੇ ਕੀਤਾ ਤਾਂ ਨਾ ਉਹਨਾਂ ਨੇ ਕਰਨਾ ਹੈ ਕਿਉਂਕਿ ਉਹ ਗਲਤ ਗੱਲ ਕਰਦੇ ਪੈਣ ਨਾ ਇਸ ਵਾਸਤੇ ਮੇਰੇ WhatsApp ਤੇ ਕਦੇ ਵੀ ਨਹੀਂ ਆ ਸਕਦੇ ਤੇ ਅਗਰ ਤੁਸੀਂ ਦੋਸਤੋ ਚਾਹੁੰਦੇ ਹੋ ਕਿ ਆਪਾਂ ਨੂੰ ਇਹ ਅੱਛੀ ਜ਼ਮੀਨ ਮਿਲ ਜਾਵੇ ਇਹ ਰਜਿਸਟਰੀ ਇੰਤਕਾਲ ਵਾਲੀ ਇਹ ਕੰਪਿਊਟਰਾਈਜ਼ ਰਿਕਾਰਡ ਵਾਲੀ ਆਪਾਂ ਨੂੰ ਇਹ ਜ਼ਮੀਨ ਮਿਲ ਜਾਵੇ ਤੁਸੀਂ ਬੇਫਿਕਰ ਹੋ ਕੇ ਮੇਰੇ WhatsApp ਨੰਬਰ ਤੇ ਆ ਜਾਓ ਮੈਨੂੰ ਮੈਸੇਜ ਕਰੋ ਤੇ ਬੇਸ਼ੱਕ ਹਾਜੀ ਅਰਫਾਨ ਅਬਾਸ ਸਾਹਿਬ ਦੇ ਦੋਵੇਂ ਨੰਬਰ ਤੁਹਾਡੇ ਸਾਹਮਣੇ ਹੁੰਦੇ ਨੇ ਤੁਸੀਂ ਇਹਨਾਂ ਦੋਵਾਂ ਵਿੱਚੋਂ ਕਿ ਉਸੇ ਨੰਬਰ ਤੇ ਹਾਜੀ ਸਾਹਿਬ ਨਾਲ ਰਾਬਤਾ ਕਰੋ ਤੇ ਜ਼ਮੀਨ ਵੇਖੋ ਆਪਣੀ ਤਸੱਲੀ ਕਰੋ ਹਲਕੇ ਫੁਲਕੇ ਬਿਆਨੇ ਤੇ ਦੋਸਤਾਂ ਨੂੰ ਮਿਲੇਗਾ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਯਾਨੀ ਕਿ ਹਲਕੇ ਫੁਲਕੇ ਬਿਆਨੇ ਤੇ ਆਪਾਂ ਦੋਸਤਾਂ ਨੂੰ ਆਪਣੀ ਇਹ ਜ਼ਮੀਨ ਦਾ ਕਬਜ਼ਾ ਲੈ ਕੇ ਦੇ ਰਹੇ ਹਾਂ ਇਹ ਆਪਾਂ ਉਸ ਹਿੱਸੇ ਦੇ ਅੰਦਰ ਆ ਗਏ ਹਾਂ ਜਿੱਥੇ ਥੋੜੀ ਜ਼ਮੀਨ ਗੈਰਬਾਦ ਹੈਗੀ ਹੈ ਕਿ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਸੀ ਨਾ ਕਿ ਆਪਾਂ ਦੋਸਤਾਂ ਨੂੰ ਹਰ ਕਿਸਭਾ ਵਹਾਂ ਦੇ ਹੁੰਦੇ ਆ ਯਾਨੀ ਕਿ ਆਪਾਂ ਉਹ ਵੀ ਜਮੀਨ ਉਹ ਖਾ ਰਹੇ ਆ ਜਿੱਥੇ ਕਿ ਦਰਖਤ موجود ਹੈਗੇ ਨੇ ਇਹ ਬੇਸ਼ੁਮਾਰ ਲੇਕਿਨ ਇਹ ਜ਼ਮੀਨ ਹੈਗੀ ਇਹ ਗੈਰ ਆਬਾਦ ਹੈ ਇਹ ਵੀ ਆਪਣੀ ਜ਼ਮੀਨ ਦਾ ਹਿੱਸਾ ਹੈ ਇਸ ਜਿਆਦਾ ਆਬਾਦ ਤੇ ਥੋੜੀ ਜ਼ਮੀਨ ਗੈਰ ਆਬਾਦ ਐ ਵੇਖੋ ਇਹ ਆਪਣੀ ਜ਼ਮੀਨ ਦਾ ਰਸਤਾ ਹੈਗਾ ਆਪਾਂ ਦੋਸਤਾਂ ਨੂੰ ਐਂਡ ਤੇ ਜਿਹੜਾ ਰਸਤਾ ਆ ਰਿਹਾ ਉਹ ਵੀ ਦਿਖਾ ਰਹੇ ਆ ਵੇਖੋ ਇਹ ਮੈਨ ਗੇਟ ਹੈਗਾ ਤੇ ਇਹ ਆਪਣੀ ਜ਼ਮੀਨ ਦਾ ਇਹ ਰਸਤਾ ਹੈਗਾ ਤੁਹਾਡੇ ਸਾਹਮਣੇ ਇਹ ਤੋਂ ਪੱਕਾ ਰਸਤਾ ਸਿਰਫ 1 ਕਿਲੋਮੀਟਰ ਦੇ ਫਾਸਲੇ ਤੇ ਮੌਜੂਦ ਹੈ। ਯਾਨੀ ਕਿ ਲਿੰਕ ਰੋਡ ਪੱਕਾ ਰਸਤਾ ਸਿਰਫ 1 ਕਿਲੋਮੀਟਰ ਦੇ ਫਾਸਲੇ ਤੇ ਮੌਜੂਦ ਹੈ। ਤੇ ਰਸਤਾ ਦੋਸਤੋ ਨੂੰ ਮਿਲੇਗਾ ਮੋਕੇ ਤੱਕ ਸਰਕਾਰੀ ਮੁਕੰਮਲ ਗਾਰੰਟੀ ਨਾਲ। ਬਾਕੀ ਦੋਸਤੋ ਇਸ ਗੱਲ ਦੀ ਮਾਫਰਤ ਚਾਹਨਾ ਕਿ ਆਪਾਂ ਨੂੰ ਦੂਸਰੇ ਲੋਕਾਂ ਤਰ੍ਹਾਂ ਸ਼ਾਰਟ ਕਟ ਵੀਡੀਓ ਬਣਾਉਣ ਦਾ ਤਰੀਕਾ ਘਰ ਨਹੀਂ ਆਉਂਦਾ। ਆਪਣੀ ਵੀਡੀਓ ਲੰਮੀ ਹੋ ਜਾਂਦੀ ਹੈ। ਤੇ ਆਪਣੀ ਗੱਲਬਾਤ ਥੋੜੀ ਲੰਮੀ ਹੋ ਜਾਂਦੀ ਏ ਕਿਉਂਕਿ ਅੱਲਾ ਦਾ ਸ਼ੁਕਰ ਹੈ ਆਪਾਂ ਇਹ ਮਿਹਨਤ ਕਰਦੇ ਪਏ ਆ ਆਪਾਂ ਰਕਵੇ ਸੇਲ ਕਰਦੇ ਪਏ ਆ ਆਪਾਂ ਇਹਨਾਂ ਕਿਸ ਜ਼ਮੀਨ ਦੀ ਵੀਡੀਓ ਲਾਣੀ ਹੈ ਹਟ ਕੇ ਨੰਬਰ ਬੰਦ ਕਰ ਲੈਣੇ ਨੇ WhatsApp ਬੰਦ ਕਰ ਲੈਣੀ ਏ ਤੇ ਵੀਡੀਓ ਚੱਲਦੀ ਰਵੇ ਨਹੀਂ ਦੋਸਤੋ ਆਪਾਂ ਜਿਹੜੀ ਜ਼ਮੀਨ ਵਖਾਦੇ ਪਏ ਆ ਆਪਾਂ ਉਹ ਸੇਲ ਕਰਨੀ ਏ ਇਹ ਆਪਣਾ ਇੱਕ ਰੋਜ਼ਗਾਰ ਏ ਯਾਨੀ ਕਿ ਮੈਂ ਤੁਹਾਨੂੰ ਦੋਸਤੋ ਨੂੰ ਬਾਰ-ਬਾਰ ਇਹ ਗੱਲ ਕਰਦਾ ਹੁੰਨਾ ਕਿ ਆਪਣਾ ਇਹ ਮਕਸਦ ਵੀਡੀਓ ਚਲਾਉਣਾ ਨਹੀਂ ਹੈਗਾ ਆਪਾਂ ਵੀਡੀਓ ਨਹੀਂ ਚਲਾਨੀ ਹੈਗੀ ਆਪਾਂ ਇਹ ਜ਼ਮੀਨ ਸਿਲ ਕਰਨੀ ਹੈ ਇਹ ਦੁਬਾਰਾ ਫਿਰ ਆਪਾਂ ਸ਼ੁਰੂ ਤੋਂ ਆ ਗਏ ਆ ਕਿਉਂਕਿ ਜ਼ਮੀਨ ਦੀ ਕੀਮਤ ਰਹਿ ਗਈ ਸੀ ਇਸ ਜ਼ਮੀਨ ਦੀ ਖਾਸ ਲੋਕੇਸ਼ਨ ਰਹਿ ਗਈ ਸੀ ਤੇ ਦੁਬਾਰਾ ਫਿਰ ਆਪਾਂ ਦੋਸਤੋਂ ਨੂੰ ਜਿਹੜੀ ਕਿ ਰਹਿਸ਼ ਹੈਗੀ ਜਿਹੜੀ ਆਪਾਂ ਨੂੰ ਆਪਣੀ ਜ਼ਮੀਨ ਦੇ ਅੰਦਰ ਮਿਲੇਗੀ ਦੋਸਤੋਂ ਇਹ तमाम ਚੀਜ਼ਾਂ ਆਪਾਂ ਨੂੰ ਆਪਣੀ ਜਿਹੜੀ ਆਪਾਂ ਕੀਮਤ ਕੱਢਣੀ ਨਾ ਜ਼ਮੀਨ ਦੀ ਕਿ ਜ਼ਮੀਨ ਫੀਕੜ ਕਿੰਨੇ ਦੀ ਹੈਗੀ ਹੈ ਫੀਕ ਕਨਾਲ ਕਿੰਨੇ ਦੀ ਹੈਗੀ ਹੈ ਇਹ 5 ਏਕੜ ਜ਼ਮੀਨ ਦੀ ਕਿੰਨੀ ਕੀਮਤ ਹੈ ਆਪਾਂ ਸਿਰਫ ਜ਼ਮੀਨ ਦੀ ਕੀਮਤ طے ਕਰਨੀ ਹੈ ਕਿਸੇ ਵੀ ਚੀਜ਼ ਦੇ ਮਲਬੇ ਦੇ ਪੈਸੇ ਅਲੱਗ ਨਹੀਂ ਹੋਣਗੇ ਤਮਾਮ ਨਿਜ਼ਾਮ ਆਪਾਂ ਨੂੰ ਆਪਣੀ ਜ਼ਮੀਨ ਦੇ ਅੰਦਰ ਮਿਲਣ ਲੱਗਿਆ ਜੇ ਤੇ ਦੋਸਤੋ ਰਜਿਸਟਰੀ ਇੰਤਕਾਲ ਸ਼ੁਦਾ ਕੰਪਿਊਟਰਾਈਜ਼ ਰਿਕਾਰਡ ਸ਼ੁਦਾ ਇਹ ਜ਼ਮੀਨ ਇੱਕ ਮਾਲਕ ਦੇ ਨਾਂ ਤੇ ਸਿਰਫ ਇੱਕ ਬੰਦੇ ਨੇ ਬਿਆਨ ਦੇਣੇ ਨੇ ਦੋਸਤੋ ਇਹ ਵੀ ਬੜੀ ਵੱਡੀ ਗੱਲ ਹੈਗੀ ਐ ਅਕਸਰ ਜ਼ਮੀਨਾਂ ਹੁੰਦੀਆਂ ਨੇ ਨਾ ਕਿ ਸ਼ਮਲਾਤ ਹੁੰਦਾ ਹੈ ਮਾਲਕ ਜ਼ਿਆਦਾ ਹੁੰਦੇ ਨੇ ਲੇਕਿਨ ਆਪਣੇ ਕੋਲੇ 90% ਰਕਵੇ ਇਸ ਤਰ੍ਹਾਂ ਹੁੰਦੇ ਨੇ ਜਿਹੜੇ ਸਿਰਫ ਇੱਕ ਮਾਲਕ ਦੇ ਨਾਮ ਤੇ ਹੁੰਦੇ ਨੇ ਯਾਨੀ ਕਿ ਇੱਕ ਬੰਦੇ ਨੇ ਦੇਣੇ ਨੇ ਬਿਆਨ ਇਹ ਜ਼ਮੀਨ ਇਹ तमाम ਨਿਜ਼ਾਮ ਸਿਰਫ ਇੱਕ ਬੰਦੇ ਦੇ ਨਾਮ ਤੇ ਤੁਸੀਂ ਮੌਕੇ ਤੇ ਆਉਂਗੇ ਪਹਿਲੇ ਆਪਾਂ ਤੁਹਾਨੂੰ ਦੋਸਤਾਂ ਨੂੰ ਇਹ ਜ਼ਮੀਨ ਦੀ ਮੁਕੰਮਲ ਤਸੱਲੀ ਕਰਾਵਾਂਗੇ ਇਹਨਾਂ ਦਾ ਕਰਾਵਾਂਗੇ ਵਿਜ਼ਿਟ ਤੁਹਾਨੂੰ ਦੋਸਤਾਂ ਨੂੰ ਇਹ ਜ਼ਮੀਨ ਦੇ ਤਮਾਮ ਕਾਗਜ਼ਾਤ ਮੌਕਤ ਦੇਵਾਂਗੇ ਕਲੀਅਰ ਉਸ ਤੋਂ ਬਾਅਦ ਹਲਕੇ ਫੁਲਕੇ ਬਿਆਨਤੇ ਆਪਾਂ ਤੁਹਾਨੂੰ ਦੋਸਤਾਂ ਨੂੰ ਇੱਥੇ ਮੁਕੰਮਲ ਕਬਜ਼ਾ ਦੇਵਾਂਗੇ ਤੇ ਦੋਸਤੋ ਆਪਣੇ ਕੋਲੇ ਇਹ 5 ਏਕੜ ਯਾਨੀ ਕਿ ਇੱਕ ਮਰਬਾ ਇਹ ਜ਼ਰਈ ਜ਼ਮੀਨ ਹੈ ਵੀ ਮੈਂ ਖੂਬਸੂਰਤ ਘਰ ਵੀ ਮੈਂ ਡੇਰੀ ਫਾਰਮ ਜ਼ਮੀਨ ਜਿਆਦਾ ਆਬਾਦ ਥੋੜੀ ਗੈਰ ਆਬਾਦ ਉਹ ਵੀ ਦੋਸਤਾਂ ਨੂੰ ਆਪਾਂ ਦਿਖਾ ਚੁਕੇ ਆ ਆਪਾਂ ਦੋਸਤਾਂ ਨੂੰ ਜ਼ਮੀਨ ਦਾ ਕੋਨਾ ਕੋਨਾ ਦਿਖਾ ਚੁਕੇ ਆ ਆਪਣੀ ਨਿਸ਼ਾਨੀ ਲਗਾਓ ਤੇ ਮੌਕੇ ਤੇ ਆ ਕੇ ਜਗ੍ਹਾ ਪਸੰਦ ਕਰੋ ਤੇ ਦੋਸਤੋ ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ 20 ਲੱਖ 80000 ਰੁਪਿਆ ਦੋਸਤੋ 20 ਲੱਖ 80000 ਰੁਪਿਆ ਫੀ ਏਕੜ ਇਸ ਜ਼ਮੀਨ ਦੀ ਡਿਮਾਂਡ ਹੈ ਦੋਸਤੋ ਇਹ ਤਖਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਹੈ ਜ਼ਿਲ੍ਹਾ 20 ਚਕਵਾਲ ਤਖਸੀਲ 20 ਚਕਵਾਲ ਇਹ ਤਖਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਹੈ 20 ਲੱਖ 80 ਹਜ਼ਾਰ ਰੁਪਿਆ ਫੀ ਏਕੜ ਦੀ ਡਿਮਾਂਡ ਹੈ ਜਿਵੇਂ ਕਿ ਇਲਾਕਾ ਹੈ ਚਕਵਾਲ ਦਾ ਇੱਥੇ ਗਿਣਤੀ ਹੁੰਦੀ ਹੈ ਕਨਾਲ ਦੇ ਹਿਸਾਬ ਨਾਲ ਤੇ ਫੀ ਕਨਾਲ ਯਾਨੀ ਕਿ ਇਹ ਜ਼ਮੀਨ ਬਣਦੀ ਪਈ ਹੈ 200 ਕਨਾਲ ਇਹ ਪੂਰੀ 200 ਕਨਾਲ ਇਹ ਜ਼ਮੀਨ ਬਣਦੀ ਪਈ ਹੈ ਨਾ ਕਨਾਲ ਦੇ ਹਿਸਾਬ ਨਾਲ ਤੇ ਫੀ ਕਨਾਲ ਇਸ ਜ਼ਮੀਨ ਦੀ ਡਿਮਾਂਡ ਬਣਦੀ ਪਈਏ 2 ਲੱਖ 60000 ਰੁਪਿਆ ਦੋਸਤੋ 2 ਲੱਖ 60000 ਰੁਪਿਆ ਫੀ ਕਨਾਲ ਇਹਦੀ ਡਿਮਾਂਡ ਹੈ ਤੇ 20 ਲੱਖ 80000 ਰੁਪਿਆ ਫੀ ਏਕੜ ਇਸ ਜ਼ਮੀਨ ਦੀ ਡਿਮਾਂਡ ਹੈ ਬਿਜਲੀ ਇੰਤਖਾਈ ਕਰੀਬ ਹੈ ਲੇਕਿਨ ਬਿਜਲੀ ਦਾ ਮਸਲਾ ਨਹੀਂ ਹੈਗਾ ਇੱਥੇ ਬੇਸ਼ੁਮਾਰ ਸੋਲਰ ਸਿਸਟਮ ਦੀ ਸਹੂਲਤ ਮਾਲਕ ਨੇ ਕਾਇਮ ਕੀਤੀ ਹੋਈ ਹੈ ਆਸ-ਪਾਸ ਬادیه ਹੈਗੀ ਇੰਤਖਾਈ ਕਰੀਬ گاؤں ਹੈਗਾ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹੈਗਾ ਬਹੁਤ ਹੀ ਇੱਕ ਖੂਬਸੂਰਤ ਪਿਆਰਾ ਇਲਾਕਾ ਹੈਗਾ ਪੱਕਾ ਰਸਤਾ ਸਿਰਫ 1 ਕਿਲੋਮੀਟਰ ਫਾਸਲੇ ਤੇ ਮੌਜੂਦ ਹੈ ਤਿਹਾਜੀ ਅਰਫਾਨ ਅਬਾਦ ਸਾਹਿਬ ਦੇ ਦੋਵੇਂ ਨੰਬਰ ਤੁਹਾਡੇ ਪਰਾਵਾਂ ਦੇ ਸਾਹਮਣੇ ਤੁਸੀਂ ਆਪਣੇ ਤਰੀਕੇ ਨਾਲ رابطہ ਕਰਨਾ ਜਿਵੇਂ ਤੁਹਾਨੂੰ ਭਰਾਵਾਂ ਨੂੰ ਆਸਾਨੀ ਲੱਗੇ ਨੰਬਰ ਉੱਪਰ ਵਾਲਾ ਕਾਲ ਐਂਡ ਵਟਸਐਪ ਤੇ ਨੰਬਰ ਨੀਚੇ ਵਾਲਾ ਕਾਲ ਤੇ ਤੇ ਜਿਵੇਂ ਕਿ ਦੋਸਤਾਂ ਨੂੰ ਮੈਂ ਗੱਲ ਕੀਤੀ ਸੀ ਕਿ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਵਟਸਐਪ ਨੰਬਰ ਲੱਗਿਆ ਹੁੰਦਾ ਤੁਸੀਂ ਮੇਰੇ ਨੰਬਰ ਤੇ ਵਾਇਸ ਮੈਸੇਜ ਕਰੋਗੇ ਚੈਟ ਕਰੋਗੇ ਤੁਹਾਨੂੰ ਫੌਰਨ ਰਿਸਪਲਾਈ ਮਿਲੇਗੀ ਤੇ ਵੈਸੇ ਦੋਸਤਾਂ ਨੇ ਸ਼ੁਰੂ ਤੋਂ ਹੀ ਮੇਰਾ ਵਟਸਐਪ ਨੰਬਰ ਦੇਖ ਲਿਆ ਹੋਣਾ ਇਹ ਦੋ মিठे پانی والے এবোর ਆਪਣੀ জমিন ਦੇ ਅੰਦਰ ਨੇ ਬਹੁਤ ਵੱਡਾ ਖੂਬਸੂਰਤ आलीशान ਘਰ ਆਪਣੀ জমিন ਦੇ ਅੰਦਰ ਨੇ ਤੇ ਬਹੁਤ ਵੱਡਾ ਡੇਰੀ ਫਾਰਮ ਆਪਣੀ জমিন ਦੇ ਅੰਦਰ ਨੇ ਯਾਨੀ ਕਿ ਬਹੁਤ ਹੀ ਇੱਕ ਖੂਬਸੂਰਤ ਪਿਆਰਾ ਮਾਹੌਲ ਹੈ ਤੇ ਦੋਸਤੋ ਤੁਸੀਂ ਵੇਖ ਰਹੇ ਹੋ ਸੁ ਆਪਣਾ YouTube ਚੈਨਲ پاک ਪੰਜਾਬ ਟੀਵੀ ਤੇ ਮੈਂ ਤੁਹਾਡਾ ਦੋਸਤ ਅਬਦਲ ওয়াহিদ انشاءاللہ تعالی ਬਸ਼ਰਤ ਜ਼ਿੰਦਗੀ ਬਾ ਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼